ਇਹ ਤੋਂ 35 ਲੱਖ ਰੁਪਏ ਅਗਰ ਤੁਹਾਡੇ ਕੋਲ ਮੌਜੂਦ ਹੈ ਉਹ ਤਕਰੀਬਨ ਬਣ ਜਾਂਦਾ ਤੁਹਾਡਾ 45 ਤੋਂ 50000 ਰਿਆਲ ਹੁਣ ਇਹਦੇ ਵਿੱਚ ਦੋ ਕੈਟਾਗਰੀਆਂ ਨੇ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਮੈਨੂੰ ਮੈਸੇਜ ਕੀਤਾ ਕਿ ਸਾਡੇ ਕੋਲ 30 ਤੋਂ 40 ਲੱਖ ਰੁਪਏ ਹੈ ਦੱਸੋ ਕਿਹੜਾ ਐਸਾ ਬਿਜ਼ਨਸ ਕਰ ਸਕਦੇ ਹਾਂ ਸ਼ਰਮ ਸਭ ਤੋਂ ਪਹਿਲੀ ਗੱਲ ਇਹ ਕਿ ਪਾਕਿਸਤਾਨ ਵਿੱਚ ਅਗਰ ਤੁਸੀਂ 1 ਕਰੋੜ ਰੁਪਏ ਵੀ ਲਾਂਦੇ ਹੋ ਨਾ ਤਾਂ ਮਹੀਨੇ ਦਾ 5 ਤੋਂ 6 ਲੱਖ ਰੁਪਏ ਬਮੁਸ਼ਕਲੇ 100 ਵਿੱਚੋਂ 1% 0.5% ਚਾਂਸ ਨੇ ਕਿ ਕੋਈ ਐਸਾ ਕੰਮ ਹੋਵੇ ਜਿਹੜਾ ਤੁਸੀਂ 5 ਤੋਂ 6 ਲੱਖ ਰੁਪਇਆ ਕਮਾ ਲਓ ਆਦਰਵਾਇਸ ਤੁਸੀਂ ਕਰੋੜ ਰੁਪਇਆ ਲਾ ਕੇ ਪਾਕਿਸਤਾਨ ਚੋ ਹਰ ਮਹੀਨੇ 5 ਤੋਂ 6 ਲੱਖ ਰੁਪਇਆ ਨਾ ਕਮਾ ਸਕਦੇ ਲੇਕਿਨ ਅਗਰ ਤੁਸੀਂ ਸਾਊਦੀ ਵਿੱਚ ਮੌਜੂਦ ਹੋ ਮੈਂ ਤੁਹਾਨੂੰ ਐਸਾ ਬਿਜ਼ਨਸ ਆਈਡੀਆ ਦੇਣ ਜਾ ਰਿਹਾ ਜਿਹੜਾ ਕਿ ਤੁਸੀਂ ਖੁਦ ਕਰ ਸਕਦੇ ਹੋ ਔਰ 30 ਤੋਂ 35 ਲੱਖ ਰੁਪਇਆ ਲਾ ਕੇ ਯਾਨੀ 45 ਤੋਂ 50 ਹਜ਼ਾਰ ਰਿਆਲ ਬਣਦਾ ਹੈ 45 ਤੋਂ 50 ਹਜ਼ਾਰ ਰਿਆਲ ਲਾ ਕੇ ਤੁਸੀਂ ਮਹੀਨੇ ਦਾ 5 ਤੋਂ 7 ਲੱਖ ਰੁਪਇਆ ਕਮਾ ਸਕਦੇ ਹੋ ਹੁਣ ਗੱਲ ਤੁਸੀਂ ਮੇਰੀ ਗੌਰ ਨਾਲ ਸੁਣਨੀ ਸ਼ੁਰੂ ਕਰੋ ਤੁਹਾਡੇ ਕੋਲ ਅਗਰ 30 ਤੋਂ 35 ਲੱਖ ਰੁਪਇਆ ਮੌਜੂਦ ਹੈ ਤੁਹਾਡਾ ਤਕਰੀਬਨ 45-47 ਹਜ਼ਾਰ ਰਿਆਲ ਬਣਦਾ ਹੈ ਉਹ ਦੇ ਵੇਖਿਓ ਕਿਉਂਕਿ ਅੱਗੇ ਟਰਾਂਸਪੋਰਟ ਦੇ ਕੰਮ ਨਾਲ ਥੋੜਾ ਤੱਲਕ ਵੀ ਹੈ ਤੁਹਾਨੂੰ ਇੱਕ ਤੁਸੀਂ ਇੱਕ ਕੋਸਟਰ ਖਰੀਦਣੀ ਹੈ ਕੋਸਟਰ ਪਰਚੇਸ ਕਰਨੀ ਹੈ ਤੁਸੀਂ ਉਹ ਤੁਹਾਨੂੰ ਮਿਲ ਜਾਸੀ 4 ਮਾਡਲ ਤੋਂ ਲੈ ਕੇ 8 ਮਾਡਲ ਤੱਕ ਅੱਛੀ ਕੰਡੀਸ਼ਨ ਵਿੱਚ ਹੁਣ ਇਹ ਜਿਹੜੇ ਸੌਦੇ ਰ ਵਿੱਚ ਮੌਜੂਦ ਹੈ ਉਹਨਾਂ ਵਾਸਤੇ ਦੱਸਣਾ ਪਿਆ ਕੋਸਟਰ ਤੁਸੀਂ ਲੈਂਦੇ ਹੋ ਤੇ ਕੰਪਨੀਆਂ ਵਿੱਚ ਡਿਮਾਂਡਾਂ ਮੇਰੇ ਕੋਲ ਰੋਜ਼ਾਨਾ ਦੀ ਬੇਸ ਤੇ ਹੁੰਦੀਆਂ ਨੇ ਪੋਸਟਰ ਤੁਹਾਡੀ ਲੱਗ ਜਾਂਦੀ ਹੈ ਮੰਥਲੀ 10 ਤੋਂ 11000 ਮਾਰਕੀਟ ਰੇਟ ਤੇ ਚੱਲਦਾ ਹੈ ਅਗਰ ਤੁਸੀਂ 10000 ਰਿਆਲ ਵਿੱਚ ਵਿਲਾਉਂਦੇ ਹੋ ਡਰਾਈਵਰ ਦੀ ਤਨਖਾਹ ਕੱਢੋ 500 ਰਿਆਲ ਔਰ 500 ਰਿਆਲ ਮੈਂਟੇਨੈਂਸ ਦਾ ਇਹ ਮੇਰਾ ਖੁਦ ਦਾ ਐਕਸਪੀਰੀਅੰਸ ਹੈ 3000 ਰਿਆਲ ਕੱਢ ਚੜੋ 10000 ਚੋਂ ਸੋਰੀ 3000 ਡਰਾਈਵਰ ਦੀ ਤਨਖਾਹ ਔਰ 500 ਮੈਂਟੇਨੈਂਸ ਦਾ 10000 ਵਿੱਚੋਂ 3500 ਰਿਆਲ ਕੱਢੋ 6500 ਰਿਆਲ ਬਚ ਜਾਂਦਾ ਤੁਹਾਨੂੰ ਜਿਹੜਾ ਕਿ ਤਕਰੀਬਨ 5 ਪੌਣੇ 4 ਤੋਂ 5 ਲੱਖ ਰੁਪਇਆ ਬਣਦਾ ਮਹੀਨੇ ਦਾ ਇਹ ਈਜ਼ੀਲੀ ਤੁਸੀਂ ਕਮਾ ਸਕਦੇ ਹੋ 30 ਤੋਂ 35 ਲੱਖ ਰੁਪਇਆ ਲਾ ਕੇ ਦੂਜੀ ਗੱਲ ਇਹ ਜਿਹੜੇ ਦੋਸਤ ਆ ਪਾਕਿਸਤਾਨ ਚੋਂ ਮੌਜੂਦ ਹੋ ਉਹਨਾਂ ਨੇ ਕੰਮ ਥੋੜਾ ਮਹਿੰਗਾ ਪੈ ਜਾਂਦਾ ਮਹਿੰਗਾ ਔਰ ਥੋੜਾ ਜਿਹਾ ਮੁਸ਼ਕਲ ਹੈ ਕਿਉਂ ਕਿਉਂਕਿ ਜਿਹਨਾਂ ਪਾਕਿਸਤਾਨ ਤੋਂ ਨੇ ਸਭ ਤੋਂ ਪਹਿਲਾਂ ਆਜ਼ਾਦ ਵੀਜ਼ਾ ਬਾਇ ਕਰਨਾ ਉਹਨਾਂ ਤਕਰੀਬਨ ਜਿਹੜਾ 8 ਤੋਂ 10 ਲੱਖ ਦੀ ਰੇਂਜ ਵਿੱਚ ਮਿਲ ਜਾਂਦਾ ਤੁਹਾਡੀ ਟਿਕਟ ਪਾ ਕੇ ਇੱਕ ਸਾਲ ਦਾ ਇਕਾਮਾ ਪਾ ਕੇ ਫਿਰ ਇਹ ਤੇ ਆ ਕੇ ਤੁਸੀਂ ਆਪਣਾ ਲਾਇਸੈਂਸ ਲੈਣਾ ਹੈ ਉਹਦੇ ਵਾਸਤੇ ਖਰਚਾ ਕਰਨਾ ਫਿਰ ਤੁਹਾਨੂੰ ਜ਼ੁਬਾਨ ਸਿੱਖਣੇ ਨੂੰ ਥੋੜਾ ਟਾਈਮ ਲੱਗਣਾ ਹੈ मतलब 12 ਤੋਂ 14 ਲੱਖ ਰੁਪਇਆ ਤੁਸੀਂ ਲਾ ਚੜਨਾ ਆਪਣੀ ਗੱਡੀ ਖਰੀਦਣੇ ਤੋਂ ਪਹਿਲੋ ਪਹਿਲੋ ਆਪਣੀ ਜ਼ਾਤ ਉੱਤੇ ਆਪਣਾ ਸੈਟਲ ਹੋਣੇ ਤੇ ਉਸ ਤੋਂ ਬਾਅਦ ਜਿਸ ਤਨ ਤੁਹਾਡਾ ਤਕਰੀਬਨ 12 ਤੋਂ 14 ਲੱਖ ਉਹਦੇ ਟੁਰ ਜਾਂਦਾ ਤੁਹਾਡੇ ਕੋਲ ਪਿੱਛੇ ਰਹਿ ਜਾਂਦਾ 20 ਤੋਂ 22 ਲੱਖ ਰੁਪਇਆ 20 ਤੋਂ 22 ਲੱਖ ਚ ਤੁਸੀਂ ਗੱਡੀ ਨਾਓ ਖਰੀਦ ਸਕਦੇ ਉਹਦੇ ਵਾਸਤੇ ਕਿ ਤੁਹਾਨੂੰ 6 ਮਹੀਨੇ ਸਾਲ ਇਹ ਤੇ ਮਿਹਨਤ ਕਰਕੇ ਤਰੀ 35 ਲੱਖ ਰੁਪਇਆ ਇਕੱਠਾ ਕਰਨਾ ਪੋਣਾ ਇਸ ਤੋਂ ਇਲਾਵਾ ਮੇਰੇ ਕੋਲ ਤਕਰੀਬਨ 10 ਆਈਡੀਆ ਨੇ ਜਿਹੜੇ ਇਸ ਪੈਸੇ ਵਿੱਚ ਤੁਸੀਂ ਕੰਮ ਕਰ ਸਕਦੇ ਹੋ ਬਾਈ ਨੇ ਫਾਲੋ ਕਰੋ ਮੈਂ ਹੋਰ ਵੀ ਵੀਡੀਓ ਚਾੜੀਆਂ ਨੇ ਉਹ ਵੀ ਜਾ ਕੇ ਵੇਖੋ ਜਿਹਦੇ ਵਿੱਚ ਬਿਜ਼ਨਸ ਟਿਪਸ ਨੇ ਆ ਬੜਾ ਢੇਰ ਸਾਰਾ ਖਿਆਲ ਰੱਖੋ ਜਜ਼ਾਕ ਅੱਲਾ